ਖਬਰ ਲਾਰੈਂਸ ਬਿਸ਼ਨੋਈ ਦੇ ਭਰਾ ਦੀ ਗ੍ਰਿਫਤਾਰੀ ਦੀ ਆ ਰਹੀ ਸੀ, ਕਹਿੰਦੇ ਅਮਰੀਕਾ ਦੇ ਵਿੱਚ ਦੀ ਗ੍ਰਿਫਤਾਰੀ ਹੋ ਗਈ ਹੈ, ਪਰ ਉਹਦੇ ਵਿੱਚ ਕੋਈ ਪੁਖਤਾ ਜੇ ਕੋਈ ਰਿਪੋਰਟ ਨਹੀਂ ਆਈ, ਉੱਥੋਂ ਦਾ ਸਰਕਾਰ ਨੇ ਵੀ ਕੋਈ ਪੁਖਤਗੀ ਉਸ ਚੀਜ਼ ਦੀ ਦਿੱਤੀ ਨਹੀਂ ਹੈਗੀ। ਇਹਦੇ 'ਚ ਕੀ ਕਿੰਨਾ ਕੁ ਸੱਚ ਹੈ ਜੀ, ਕਿੰਨਾ ਕੁ ਅਜੇ ਸਪਸ਼ਟ ਨਹੀਂ ਹੈ ਪੂਰੀ ਗੱਲ ਇਹ? ਦੇਖੋ, ਲਾਰੈਂਸ ਵਾਲੀ ਜਿਹੜੀ ਗੱਲ ਹੈ ਨਾ, ਥੋੜ੍ਹੀ ਜਿਹੀ ਮੈਂ ਤੁਹਾਨੂੰ ਜੋੜ ਦੇਵਾਂ। ਤੁਸੀਂ ਉਸ ਦੇ ਭਰਾ ਦੀ ਗੱਲ ਕੀਤੀ ਹੈ, ਜੀ ਇਹਨਾਂ ਦਾ ਪਿੰਡ ਕੋਈ ਮੇਤੋਂ ਜ਼ਿਆਦਾ ਦੂਰ ਦੂਰ ਨਹੀਂ ਨਹੀਂ ਹੈ, ਹੈ ਜੀ। ਬਿਲਕੁਲ ਨੇੜੇ ਨੇੜੇ ਪਿੰਡ ਨੇ ਸਾਡੇ। ਇੱਕ ਤਾਂ ਐਵੇਂ ਅੱਠੇ ਅੱਠ ਜਿਹੜੀਆਂ ਮਾਰੀ ਜਾਂਦੇ ਆ ਕਿ ਲਾਰੈਂਸ ਹੋਰਾਂ ਦਾ ਬਾਪ ਜਿਹੜਾ ਸੀਗਾ ਉਹ ਪੁਲਿਸ ਵਾਲਾ ਸੀ, ਐਸਾ ਹੈ ਨਹੀਂਗਾ, ਇਹ ਬਿਲਕੁਲ ਝੂਠ ਆ। ਉਹ ਦਿੱਲੀ 'ਚ ਬੈਠੇ, ਬੰਬੇ 'ਚ ਬੈਠੇ ਪੱਤਰਕਾਰ ਜਿਹੜੇ ਆ ਨਾ, ਉਹ ਐਵੇਂ ਹੀ ਤੁੱਕੇ ਮਾਰੀ ਜਾਂਦੇ ਆ, ਐਸਾ ਕੁਛ ਨਹੀਂ। ਇਹਨਾਂ ਕੋਲ ਜੀ ਸੌ ਜੀ ਸਵਾ ਸੌ ਕਿੱਲਾ ਜ਼ਮੀਨ ਜ਼ਰੂਰ ਆ, ਉਹ ਹਾਂ ਸੱਚ ਬਿਲਕੁਲ ਆ। ਜੀ ਇਹਨਾਂ ਦੇ ਬਹੁਤ ਸਾਰੇ ਰਿਸ਼ਤੇਦਾਰ ਆਈਬੀ ਤੋਂ ਲੈ ਕੇ ਜੁਡੀਸ਼ਰੀ 'ਚ ਅਧਿਕਾਰੀ ਰਹੇ ਆ ਜਾਂ ਹੈਗੇ ਵੀ ਆ, ਹੈਗੇ ਜੀ। ਇਹ ਦੂਸਰਾ ਸੱਚ ਆ। ਤੇ ਤੀਸਰੀ ਗੱਲ ਇਹ ਆ ਕਿ ਜਿਹੜਾ ਅਨਮੋਲ ਵਿਸ਼ਨੋਈ ਬਾਰੇ ਇਹ ਸਾਰੀ ਗੱਲ ਤੁਸੀਂ ਕਰ ਰਹੇ ਹੋ, ਜੀ ਅਨਮੋਲ ਬਿਸ਼ਨੋਈ 'ਤੇ ਸ਼ੁਰੂ 'ਚ 12 'ਚ ਹੀ ਸ਼ਾਇਦ ਮੁਕੱਦਮਾ ਪੈ ਗਿਆ ਸੀ ਇੱਕ, ਪਹਿਲਾਂ ਜੀ ਕਹਿ ਰਿਹਾ। ਉਸ ਤੋਂ ਬਾਅਦ ਅਨਮੋਲ ਨੂੰ ਬਚਾਉਣ ਵਾਸਤੇ, ਕਿਉਂਕਿ ਲਾਰੈਂਸ 'ਤੇ ਗਾਂ ਟੱਪ ਗਿਆ, ਠੀਕ ਹੈ ਜੀ, ਉਹਦਾ ਵੀ ਇੱਕ ਕਾਰਨ ਆ। ਇਹਦੇ ਕਜ਼ਨ ਬ੍ਰਦਰ ਦਾ ਕਤਲ ਹੋਇਆ, ਦੁਸ਼ਮਣੀ ਵੱਧ ਗਈ, ਉਹ ਚਲੋ ਉੱਧਰ ਨਹੀਂ ਜਾਂਦੇ ਆਪਾਂ ਜੀ। ਇਹਦੇ ਮਾਂ ਬਾਪ ਨੇ, ਅਨਮੋਲ ਦੇ ਮਾਂ ਬਾਪ ਨੇ ਅਨਮੋਲ ਨੂੰ ਬਚਾਉਣ ਵਾਸਤੇ ਇੱਥੋਂ ਸ਼ਿਫਟਿੰਗ ਵੀ ਕਰ ਲਈ ਸੀਗੀ, ਵੀ ਚਲੋ ਅਬੋਹਰ ਇੱਕ ਤੋਂ ਤਾਂ ਇਹ ਉੱਧਰ ਜੋਧਪੁਰ ਚਲੇ ਗਏ ਸੀਗੇ ਜੀ, ਕਿ ਚਲੋ ਇਹ ਬਚਿਆ ਰਹੇਗਾ। ਪਰ ਗੱਲ ਇਹ ਆ ਕਿ ਜਦੋਂ ਫਿਰ ਇਹੋ ਜਿਹਾ ਕੰਮ ਚੱਲ ਪੈਂਦਾ, ਪੁਲਿਸ ਵੀ ਗੇੜੇ ਜ਼ਿਆਦਾ ਗੇੜੇ ਮਾਰਦੀ, ਮਾਰਦੀ ਬਿਲਕੁਲ ਜੀ, ਪਰਿਵਾਰ ਨੂੰ ਵੀ ਪਰੇਸ਼ਾਨ ਕਰਦੇ ਨਾਲ, ਬਿਲਕੁਲ ਡੱਬ ਵਾਲੀ ਇਹਨਾਂ ਦੇ ਮਤਲਬ ਕਿ ਵਿਰੁੱਧ ਰਹਿੰਦੇ ਸੀ ਕਿ ਉੱਥੇ ਵੀ ਪੁਲਿਸ ਪਹੁੰਚ ਜਾਂਦੀ ਸੀਗੀ। ਤਾਂ ਕਹਿਣ ਦਾ ਮਤਲਬ ਇਹ ਕਿ ਮਾਂ ਪਿਓ ਨੇ ਬਥੇਰਾ ਯਤਨ ਕੀਤਾ ਕਿ ਇੱਕ ਬਚਾ ਲਈਏ, ਇੱਕ ਬਚਾ ਲਈ ਜੀ ਜੀ ਹੁੰਦਾ ਹੀ ਆ ਬਿਲਕੁਲ, ਠੀਕ ਹੈ ਨਾ ਜੀ। ਮਾਂ ਬਾਪ ਨੂੰ ਇਹ ਹੁੰਦਾ ਕਿ ਚਲੋ ਛੋਟਾ ਬੱਚਾ, ਛੋਟਾ ਵੈਸੇ ਵੀ ਪਿਆਰਾ ਨੂੰ ਹੁੰਦਾ, ਬਚਾ ਲਈਏ ਜੀ, ਪਰ ਨਹੀਂ, ਕਹਾਣੀ ਸੂਤ ਆਈ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਸਿੱਧੂ ਮੂਸੇ ਵਾਲੇ ਹੱਤਿਆਕਾਂਡ ਤੋਂ ਬਾਅਦ ਜਦੋਂ ਤੰਦਾ ਖੁੱਲੀਆਂ ਤੇ ਪਤਾ ਲੱਗਿਆ ਕਿ ਇਹ ਫੇਕ ਪਾਸਪੋਰਟ ਤੇ ਇੱਥੋਂ ਭੱਜ ਗਏ, ਸਚਿਨ ਤੇ ਅਨਮੋਲ ਜੀ, ਸਚਿਨ ਨੂੰ ਫੜ ਲਿਆ, ਸਚਿਨ ਇਹਨਾਂ ਦਾ ਰਿਸ਼ਤੇਦਾਰ ਹੀ ਆ, ਅੱਛਾ ਉਹਨੂੰ ਫੜ ਲਿਆ। ਤੇ ਇਹ ਅਨਮੋਲ ਜਿਹੜਾ ਸੀਗਾ, ਬਾਅਦ 'ਚ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ 'ਚ ਸ਼ਾਇਦ ਉਹ ਕੁਛ ਸਿੰਗਰ ਵੀ ਹੈ ਮਹਿਫਲ ਦੇ ਵਿੱਚ, ਹਾਂਜੀ, ਤੋ ਨੱਚ ਰਿਹਾ ਟੱਪ ਨੱਚ ਰਿਹਾ ਬਿਲਕੁਲ। ਤਾਂ ਫਿਰ ਉਦੋਂ ਪਤਾ ਲੱਗਦਾ ਕਿ ਇਹ US ਦੇ ਵਿੱਚ ਆ। ਹੁਣ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ US ਦੇ ਵਿੱਚ, ਜ਼ਿਆਦਾਤਰ ਦੱਸੇ ਜਾਂਦੇ ਆ ਕੈਲੀਫੋਰਨੀਆ 'ਚ, ਇਧਰਲੀ ਸਾਈਡ ਜੀ, ਵੈਸੇ ਵੀ ਪੰਜਾਬੀ ਕੈਲੀਫੋਰਨੀਆ 'ਚ ਸਭ ਤੋਂ ਜ਼ਿਆਦਾ ਨੇ ਜੀ ਜੀ, ਸੈਨ ਹੋਜੇ ਆ ਗਿਆ, ਸੈਕਰਾਮੈਂਟੋ, ਇਸ ਸਾਈਡ ਹੈਗੇ ਨੇ ਪੰਜਾਬੀ ਬਹੁਤ ਜ਼ਿਆਦਾ। ਤਾਂ ਗੱਲ ਇਹ ਆ ਕਿ ਇਹ ਸਾਰਾ ਕੁਛ ਜਿਹੜਾ ਤੇਜ਼ੀ ਨਾਲ ਵਾਪਰਿਆ। ਉਹ ਤੋਂ ਬਾਅਦ ਫਿਰ ਜਿਵੇਂ ਹੁਣ ਹਾਈ ਪ੍ਰੋਫਾਈਲ ਮਾਮਲਿਆਂ 'ਚੋਂ ਬਾਬਾ ਸਦੀਕੀ ਵਾਲਾ ਮਾਮਲਾ ਹੈ, ਬਾਬਾ ਸਦੀਕੀ ਵਾਲਾ ਬਿਲਕੁਲ, ਉਹਦੇ 'ਚ ਨਾਮ ਆ ਗਿਆ ਅਨਮੋਲ ਦਾ, ਕੁਝ ਹੋਰ ਮਾਮਲਿਆਂ 'ਚ ਵੀ ਨਾਮ, ਜਿਵੇਂ ਸਲਮਾਨ ਦੇ ਘਰ ਤੇ ਫਾਇਰਿੰਗ ਵਾਲੇ ਮਾਮਲੇ ਵੀ ਬਿਲਕੁਲ ਕਹਿ ਰਹੇ ਆ ਜੀ, ਉਹਨਾਂ ਮਾਮਲਿਆਂ 'ਚ ਜਿਹੜੇ ਹਾਈ ਪ੍ਰੋਫਾਈਲ, ਉਹ ਤਾਂ ਆ ਗਿਆ ਨਾ ਜੀ, ਸਿੱਧੂ ਮੂਸੇ ਵਾਲੇ ਹੱਤਿਆਕਾਂਡ 'ਚ ਜਦੋਂ ਜਾਂਚ ਅੱਗੇ ਤੁਰੀ ਤਾਂ ਇਹਨਾਂ ਦਾ ਨਾਂ ਆ ਗਿਆ, ਉਸ ਤੋਂ ਬਾਅਦ ਕੁਝ ਹੋਰ ਹਾਈ ਪ੍ਰੋਫਾਈਲ ਮਾਮਲਿਆਂ 'ਚ ਨਾਂ ਆ ਗਿਆ ਜੀ। ਹੁਣ ਇਹ ਗੱਲ ਜਿਹੜੀ ਆ ਅਖਬਾਰਾਂ 'ਚ ਛਪ ਜਾਂਦੀ ਹੈ ਕਿ ਅਨਮੋਲ ਦੀ ਗ੍ਰਿਫਤਾਰੀ ਹੋ ਗਈ। ਹੁਣ ਸਾਹਿਬ ਫਿਰ ਖਬਰ 'ਤੇ ਜਾਓ, ਮੈਂ ਜਿਵੇਂ ਤੁਹਾਨੂੰ ਅਰਸ਼ ਡਾਲੇ ਵਾਲੀ ਖਬਰ ਦੇ ਗਾਂ ਪਹੁੰਚਾਤਾ ਸੀਗਾ, ਬਿਲਕੁਲ
ਇੱਕ ਆਈਡੀਆ ਦੇ ਦਿੱਤਾ ਸੀਗਾ ਤੁਹਾਨੂੰ ਕਿ ਖਬਰ ਕਿੱਦਾਂ ਚੱਲੀ ਆ। ਹੁਣ ਤੁਸੀਂ ਇਹ ਖਬਰ ਜਿਹੜੀ ਆਈ ਆ ਇਹਨੂੰ ਪੜ੍ਹ ਲਓ। ਮੈਂ ਅੰਗਰੇਜ਼ੀ ਵੀ, ਹਿੰਦੀ ਵੀ, ਪੰਜਾਬੀ ਵੀ ਸਾਰੇ ਦੇਖੇ, ਸੇਮ ਉਹੀ ਕਹਾਣੀ ਹੈ ਜੀ। ਦਿੱਲੀ ਤੋਂ ਖਬਰ, ਏਜੰਸੀਆਂ ਦੇ ਸੋਰਸਸ ਦੇ ਹਵਾਲੇ ਨਾਲ ਖਬਰ ਹੈ। ਐਚ ਟੀ ਨੇ, ਹਿੰਦੁਸਤਾਨ ਟਾਈਮਸ ਨੇ, ਕਹਿ ਲਓ ਕਿ ਬਿਲਕੁਲ ਵਰਸ਼ਨ ਛਾਪਿਆ ਹੋਇਆ ਓਫੀਸ਼ਲਸ ਦਾ ਜੀ, ਕਿ ਉਹਨਾਂ ਨੇ, ਓਫੀਸ਼ਲਸ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਡਿਟੇਨ ਹੋ ਚੁੱਕਾ ਹੈ, ਅਤੇ ਇਹ 5-6 ਦਿਨ ਪਹਿਲਾਂ ਦੀ ਗੱਲ ਆ ਜੀ। ਤਾਂ ਹੁਣ ਮਤਲਬ ਕਿ ਜੇ ਆਪਾਂ ਹੁਣ ਦੇਖੋ, ਗੱਲ ਇਹ ਆ ਕਿ ਇਹ ਹੁੰਦੇ ਆ ਕੌਮਾਂਤਰੀ ਮਸਲੇ। ਬਿਲਕੁਲ ਜੀ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਫੋਰਨ ਮਿਨਿਸਟਰੀ 'ਚੋਂ ਕਿਵੇਂ ਪਤਾ ਕਰੋਗੇ, ਜਾਂ ਇੰਟੈਲੀਜੈਂਸੀ ਜਿਹੜੀ ਉਤਲੇ ਲੈਵਲ ਦੀ ਏਜੰਸੀਆਂ ਦੀ, ਉਹਦੇ 'ਚੋਂ ਕਿਵੇਂ ਪਤਾ ਕਰੋਗੇ, ਥੋੜ੍ਹੀ ਰਿਪੋਰਟ ਇੱਦਾਂ ਦਿੰਦੇ ਆ। ਬਿਲਕੁਲ, ਚਾਹੇ ਤੁਸੀਂ ਕਿੱਡੇ ਵੱਡੇ ਪੱਤਰਕਾਰ ਹੋ, ਕਿਤੇ ਇਹ ਤਾਂ ਹੁੰਦਾ ਨਹੀਂ ਕਿ ਖੜ੍ਹੇ ਪੈਰ ਤੁਸੀਂ ਜਾਣਕਾਰੀ ਆ। ਬਿਲਕੁਲ ਬਿਲਕੁਲ, ਪਰ ਐਂ ਸੀ ਕਿਉਂਕਿ ਇਹ ਮਾਮਲਾ ਪੰਜਾਬ ਨਾਲ ਜੁੜਿਆ ਹੋਇਆ, ਕਿ ਬਈ ਪੰਜਾਬ 'ਚ ਕੋਈ ਹਲਚਲ ਹੈ ਕਿ ਨਹੀਂ। ਤਾਂ ਦੇਖੋ, ਜਿੰਨੀ ਕੋ ਸੂਚਨਾ ਆਪਣੇ ਕੋਲ ਹੈ, ਇੱਥੋਂ ਜੋ ਵੀ ਆਪਾਂ ਆਪਦੇ ਵਸੀਲਿਆਂ ਦੇ ਜ਼ਰੀਏ ਪਤਾ ਕੀਤਾ, ਕਿ ਬਈ ਪੰਜਾਬ ਪੁਲਿਸ ਕੋਲ ਵੀ ਇਹ ਇਨਫੋਰਮੇਸ਼ਨ ਹੈ ਕਿ ਡਿਟੈਂਸ਼ਨ ਹੈ, ਅਤੇ ਏਜੰਸੀਆਂ ਸਰਗਰਮ ਨੇ ਜੀ। ਮਤਲਬ ਕਿ ਜਿੰਨੀ ਕੋ ਇੱਥੋਂ ਜਾਣਕਾਰੀ ਅੰਦਰੋਂ ਆ ਰਹੀ ਆਫ ਦੀ ਰਿਕਾਰਡ, ਕਿ ਹਲਚਲ ਹੈ ਕਿ ਅਨਮੋਲ ਨੂੰ ਹਿਰਾਸਤ 'ਚ ਲੈ ਲਿਆ ਗਿਆ। ਹੁਣ ਅਗਲੀ ਗੱਲ ਆ ਜਾਂਦੀ, ਕਿਉਂਕਿ ਯਕਦਮ ਜਦੋਂ ਇਸ ਤਰ੍ਹਾਂ ਦੀ ਖਬਰ ਆਉਂਦੀ ਆ, ਤੇ ਇੱਕ ਬਹਿਸ ਚੱਲ ਪੈਂਦੀ ਆ ਕਿ ਐਕਸਟਰਾ ਡਾਇਟ ਕਰਵਾ ਲਿਆ ਜਾਏਗਾ ਕਿ ਨਹੀਂ, ਸਪੁਰਦਗੀ ਹੋ ਜਾਏਗੀ ਜੀ ਜੀ। ਬਿਲਕੁਲ, ਇਹ ਸਭ ਤੋਂ ਪਹਿਲਾਂ ਆਪਣੇ ਲੌਜੀਕਲੀ ਸੋਚੋ ਯਾਰ। ਪਹਿਲੀ ਗੱਲ ਹੈ ਕਿ ਮੈਂ ਅੱਗੇ ਵੀ ਤੁਹਾਨੂੰ ਹੈਡਲੀ ਦਾ ਇੱਕ ਹਵਾਲਾ ਦਿੱਤਾ ਸੀ ਕਿ ਮੁੰਬਈ ਬੰਬ ਧਮਾਕਿਆਂ ਦਾ ਮੁੱਖ ਦੋਸ਼ੀ ਅੱਜ ਤੱਕ ਇੰਡੀਆ ਲਿਆ ਨਹੀਂ ਸਕਿਆ। ਬਿਲਕੁਲ। ਦੂਜੀ ਚੀਜ਼ ਕਿ ਦੇਖੋ, ਨਿੱਜਰ ਵਾਲੇ ਮਾਮਲੇ 'ਚ ਤੁਹਾਨੂੰ ਪਤਾ ਹੈ ਕਿ ਅਮੈਰੀਕਾ ਕੈਨੇਡਾ ਨੂੰ ਪੁਸ਼ ਕਰਦਾ ਹੈ, ਮਤਲਬ ਕਿ ਬਈ ਇਸ ਮੁੱਦੇ ਨੂੰ ਵਧਾ। ਜੀ 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 ਬਿਲਕੁਲ। ਤੇ ਨਿੱਜਰ ਵਾਲਾ ਮਾਮਲਾ ਜਿਹੜਾ ਉਹ ਜੁੜਿਆ ਹੋਇਆ ਸਿੱਧੇ ਤੌਰ 'ਤੇ ਲਾਰੈਂਸ ਹੋਰਾਂ ਨਾਲ। ਤਾਂ ਫਿਰ ਜੇ ਸਪੁਰਦਗੀ ਹੋਊਗੀ, ਉਹ ਸਭ ਤੋਂ ਪਹਿਲਾਂ ਕੈਨੇਡਾ ਨੂੰ ਹੋਊਗੀ ਕਿ ਇੰਡੀਆ ਨੂੰ? ਬਿਲਕੁਲ, ਇਹ ਤਾਂ ਬੜਾ ਮਤਲਬ ਕਿ ਕਾਮਨ ਸੈਂਸ ਦਾ ਜੀ ਮਾਮਲਾ ਹੈ ਨਾ। ਪਰ ਚਲੋ, ਐ ਨਾ, ਜਿਵੇਂ ਕਹ ਲਓ ਕਿ ਨੌਲੇਜ ਘੱਟ ਹੋਣ ਕਰਕੇ ਜਦ ਤਾਂ ਜਾਣਕਾਰੀ ਕੋਈ ਨਹੀਂ। ਚਲੋ, ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਕੋਈ ਤੋਪਚੀ ਆ, ਵੀ ਆਪਾਂ ਨੂੰ ਨੌਲੇਜ ਜ਼ਿਆਦਾ ਨਹੀਂ। ਇਹ ਲੌਜੀਕਲੀ ਹੈ ਨਾ ਕਿ ਜੇ ਸੰਧੀਆਂ ਦੀ ਗੱਲ ਕਰੀਏ, ਇੰਡੀਆ ਦੀ ਸੰਧੀ ਤੇ ਕੈਨੇਡਾ ਨਾਲ ਵੀ ਸਪੁਰਦਗੀ ਸੰਧੀ ਹੈਗੀ ਆ ਜੀ। ਪਰ ਗੱਲ ਇਹ ਆ ਕਿ ਅਗਲਿਆਂ ਨੇ ਜੇ ਹਵਾਲਗੀ ਦੇਣੀ ਹੋਈ ਤਾਂ ਸਭ ਤੋਂ ਪਹਿਲਾਂ ਕੈਨੇਡਾ ਵਾਲਿਆਂ ਨੂੰ ਦੇਣਗੇ ਜੀ। ਠੀਕ ਹੈ ਨਾ ਜੀ, ਜਿੱਥੇ ਇਹ ਸਭ ਕੁਛ ਵਾਪਰਿਆ। ਸੋ ਇਸ ਕਰਕੇ ਪਹਿਲੀ ਗੱਲ ਇਹ ਆ ਕਿ ਹਾਲੇ ਹੋਰ ਥੋੜ੍ਹਾ ਵੇਟ ਕਰਨ ਦਾ ਆਪਾਂ ਨੂੰ ਤਰਦਤ ਕਰਨਾ ਚਾਹੀਦਾ ਜੀ, ਜੀ ਕਿ ਪੁਸ਼ਟੀ ਹੋ ਜਾਵੇ। ਸੈਕਿੰਡ ਇਹ ਵੇਖਣਾ ਹੋਏਗਾ, ਕਿਉਂਕਿ ਅਰਸ਼ ਡਾਲਾ ਵਾਲੇ ਮਾਮਲੇ 'ਚ ਵੀ ਇਹ ਹੋਇਆ, ਸਾਰੇ ਕਹਿੰਦੇ ਸਨ ਬੇਲ ਮਿਲ ਜਾਊਗੀ, ਬੇਲ ਮਿਲ ਜਾਊਗੀ, ਪਰ ਐਨ ਮੌਕੇ 'ਤੇ ਉੱਥੋਂ ਦੀ ਕੋਰਟ ਨੇ ਜੀ ਆਪਣਾ ਰੁੱਖ ਚੇਂਜ ਕਰ ਦਿੱਤਾ, ਅਰਸ਼ ਡਾਲਾ ਨੂੰ ਬੇਲ ਨਹੀਂ ਮਿਲੀ। ਯਾਨੀ ਇੱਥੇ ਵੀ ਜਿਹੜੇ ਕਾਨੂੰਨੀ ਮਾਹਰ ਨੇ, ਇੰਟਰਨੈਸ਼ਨਲੀ ਮਸਲਿਆਂ ਤੋਂ ਜਾਣੂ ਨੇ ਜਿਹੜੇ, ਉਹ ਵੀ ਅੰਦਾਜ਼ਾ ਲਾ ਕੇ ਬੈਠੇ ਸੀ, ਪਰ ਹੋਇਆ ਉਲਟਾ। ਇਸ ਮਾਮਲੇ ਦੇ ਵਿੱਚ ਵੀ ਇਹੀ ਹੋ ਸਕਦਾ ਕਿ ਅੰਦਾਜ਼ਾ ਲੱਗੇ ਕਿ ਇੱਥੇ ਦੀ ਕਹਿ ਲਓ ਕਿ ਸਪੁਰਦਗੀ ਦੀ ਕਾਰਵਾਈ ਜਿਹੜੀ ਹੈ ਉਹ ਸਟਾਰਟ ਹੋ ਜਾਏਗੀ, ਪਰ ਹੋਏ ਉਲਟ ਕਿ ਸਪੁਰਦਗੀ ਕਿਤੇ ਕੈਨੇਡਾ ਨਾ ਮੰਗ ਲਵੇ ਕਿ ਸਾਨੂੰ ਦਿਓ, ਤਾਂ ਉਹਨਾਂ ਦਾ ਹੱਕ ਪਹਿਲਾਂ ਬਣ ਜਾਏਗਾ ਫਿਰ। ਬਿਲਕੁਲ, ਕਿਉਂਕਿ ਆਪਸ ਦੇ ਵਿੱਚ ਅਮਰੀਕਾ ਕੈਨੇਡਾ ਤੇ ਇੱਕੋ ਗੱਲ ਹੀ ਹੈ ਨਾ ਤਕਰੀਬਨ। ਪਹਿਲਾਂ ਤਾਂ ਇੰਤਜ਼ਾਰ ਇਸ ਗੱਲ ਦਾ ਕਿ ਪੁਸ਼ਟੀ ਹੋਵੇ ਜੀ, ਫਿਰ ਉਸ ਤੋਂ ਬਾਅਦ ਚੀਜ਼ਾਂ ਜਿਹੜੀਆਂ ਉਹ ਸਾਫ ਹੋਣਗੀਆਂ ਕਿ ਸਪੁਰਦਗੀ ਲਈ ਕੌਣ ਅੱਗੇ ਵੱਧਦਾ ਤੇ ਕਿਸ ਲਈ ਉਹ ਕਾਮਯਾਬੀ ਦਾ ਸਬਬ ਬਣਦਾ। ਬਿਲਕੁਲ ਬਿਲਕੁਲ ਜੀ।
ਇਹੀ ਹੈ ਕਿ ਅਜੇ ਅੱਧੀ ਅਧੂਰੀ ਕਹਿ ਲਓ ਖਬਰ ਹੈ, ਜਿੰਨਾ ਚਿਰ ਸਪਸ਼ਟ ਨਹੀਂ ਹੁੰਦਾ ਫਿਰ ਉਸ ਤੋਂ ਬਾਅਦ ਹੀ ਅਗਲੀ ਕਹਾਣੀ ਦਾ ਪਤਾ ਲੱਗੂਗਾ ਕਿੱਧਰ ਨੂੰ ਤੁਰਦੀ ਹੈ, ਕਿਹੜੇ ਪਾਸੇ ਨੂੰ ਜਾਂਦੀ ਹੈ। ਮਿੱਤਰ ਕਹਿ ਰਹੇ ਨੇ ਕਿ ਭਾਈ ਸੋਨੂ ਨਾਮ ਤੋਂ ਗਏ ਸੀਗੇ, ਕਹਿੰਦਾ ਉਹ ਅਨਮੋਲ ਜਿਹੜਾ ਸੋਨੂ ਨਾਮ ਦੇ ਪਾਸਪੋਰਟ ਤੋਂ ਗਿਆ ਹਾਂ, ਇਹ ਤਾਂ ਪਤਾ ਨਹੀਂ ਮੈਨੂੰ, ਇਹ ਦੋਨੇ ਹੀ ਗਏ ਸੀਗੇ। ਸਚਿਨ ਤੇ ਫੜਿਆ ਗਿਆ ਨਾ, ਸ਼ਾਇਦ ਅਜ਼ਰਬੈਜ਼ਾਨ ਚ ਫੜਿਆ ਗਿਆ ਸੀ ਕਿ ਕੇਨੀਆ ਚ ਫੜਿਆ ਗਿਆ ਸੀਗਾ, ਕਿਉਂਕਿ ਉਹ ਵੀ ਖਬਰਾਂ ਜਿਹੜੀਆਂ ਨਾ ਕਨਫਿਊਜ਼ ਕਰਦੀਆਂ, ਕਿਤੇ ਦਾਵਾ ਸੀਗਾ ਕਿ ਅਜ਼ਰਬੈਜ਼ਾਨ ਚ ਜੀ ਤੇ ਕਿਤੇ ਇਹ ਵੀ ਹਵਾਲਾ ਸੀਗਾ ਕਿ ਕੀਨੀਆ ਚ ਫੜੇ ਗਏ। ਗੱਲ ਇਹ ਆ ਕਿ ਸਚਿਨ ਨੂੰ ਤਾਂ ਇਹਨਾਂ ਨੇ ਬਹੁਤ ਦਿਨ ਲੱਗਣ ਨਹੀਂ ਸੀ ਦਿੱਤੇ, ਛੇਤੀ ਛੇਤੀ ਫੜ ਲਿਆ ਸੀ ਕਹਿ ਲਓ ਕਿ ਜਾਂ ਉਹਦੀ ਸਪੁਰਦਗੀ ਮਿਲ ਗਈ ਸੀ ਜੀ। ਪਰ ਅਮੈਰੀਕਾ ਦਾ ਮਸਲਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਥੋੜ੍ਹਾ ਟੇਢਾ ਹੋ ਜਾਂਦਾ ਸਪੁਰਦਗੀ ਦੇ ਮਾਮਲੇ 'ਚ, ਅਤੇ ਦੂਜੀ ਗੱਲ ਆ ਕਿ ਨਿੱਜਰ ਮਾਮਲੇ ਦੇ ਵਿੱਚ ਵੀ ਇਹਨਾਂ ਦਾ ਨਾਮ ਜਿਹੜਾ ਉਹ ਆ ਰਿਹਾ। ਬਿਲਕੁਲ ਜੀ ਬਿਲਕੁਲ ਬਿਲਕੁਲ। ਅੰਮ੍ਰਿਤਪਾਲ ਸਿੰਘ ਕਹਿ ਰਹੇ ਨੇ ਕਿ ਅਮਰੀਕਾ ਦਾ ਭਾਈ ਅਮਿਤ ਸ਼ਾਹ ਅਤੇ ਅਜੀਤ ਡੋਵਾਲ ਦੀ ਸਪੁਰਦਗੀ ਵੀ ਮੰਗ ਸਕਦਾ ਹੈ। ਉਹ ਤਾਂ ਇਹਨਾਂ ਦੇ ਵਾਰੰਟ ਕੱਢੀ ਫਿਰਦੇ ਆ ਜੀ, ਸਹੀ ਗੱਲ ਹੈ ਉਹਨਾਂ ਦੀ। ਗ੍ਰੈਪੀ ਜੀ ਕਹਿ ਰਹੇ ਨੇ ਕਿ ਬਾਕੀ ਦੋਨਾਂ ਦੇਸ਼ਾਂ ਦੇ ਸੰਬੰਧਾਂ ਦੇ ਉੱਤੇ ਨਿਰਭਰ ਕਰਦਾ ਹੈ ਸਪੁਰਦਗੀ ਲਈ। ਬਿਲਕੁਲ ਬਿਲਕੁਲ ਜੀ, ਮੌਜੂਦਾ ਹਾਲਾਤ ਤੇ ਵੀ ਜਿਹੜੇ ਡਿਪਲੋਮੈਟਿਕ ਰਿਸ਼ਤੇ ਹੁੰਦੇ ਉਹਨਾਂ ਤੇ ਵੀ ਨਿਰਭਰ ਕਰਦਾ। ਜੀ 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 ਬਿਲਕੁਲ ਬਿਲਕੁਲ। ਬੈਨੀਪਾਲ ਜੀ ਵੀ ਦੱਸ ਰਹੇ ਨੇ ਕਿ ਜਿਹੜੀ ਉਹ ਵੀਡੀਓ ਤੁਸੀਂ ਗੱਲ ਕਰ ਰਹੇ ਹੋ ਜੋ ਕੈਲੀਫੋਰਨੀਆ ਦੀ ਸੀ, ਤੇ ਕਹਿੰਦੇ ਕਰਨ ਔਜਲਾ ਵੀ ਉਹਦੇ ਵਿੱਚ ਸੀਗਾ, ਹਾਂਜੀ ਸਿੰਗਰ ਸੀਗੇ ਜੀ, ਕਾਫੀ ਉਹ ਰੌਲਾ ਪੈ ਗਿਆ ਸੀ। ਕਰਨ ਔਜਲਾ ਫਸ ਜਾਂਦਾ ਨਾ ਕਈ ਮੌਕਿਆਂ ਤੇ ਫਸ ਜਾਂਦਾ। ਇੱਕ ਵਾਰੀ ਨਾ ਕਰਨ ਔਜਲਾ ਲੁਧਿਆਣੇ ਦੀ ਜੇਲ੍ਹ ਦੇ ਵਿੱਚ ਚਲਾ ਗਿਆ ਜੀ, ਤੇ ਇਹ ਤੇ ਆਪ ਤਾਂ ਨਿਕਲ ਗਿਆ, ਸੈਲੀਬ੍ਰਿਟੀ ਬੰਦਾ, ਮੁਲਾਕਾਤ ਕਰਨ ਗਿਆ ਸੀਗਾ ਸ਼ਾਇਦ ਉਹ ਸਰਪੰਚ ਦੀ ਜੀ, ਤੇ ਜਿਹੜੇ ਮਤਲਬ ਕਿ ਉੱਥੇ ਅਧਿਕਾਰੀ ਸੀਗੇ ਡਿਊਟੀ ਤੇ ਉਹ ਫਸ ਗਏ, ਉਹ ਸਸਪੈਂਡ ਕਰਤਾ ਸੀਗਾ ਸੁਪਰਡੈਂਟ। ਕਾਫੀ ਮਾਮਲੇ ਚ ਕੰਟਰੋਵਰਸ਼ਲ ਹੋ ਜਾਂਦਾ ਹੈ ਕਰਨ ਔਜਲਾ। ਹੁਣ ਇਹਨੇ ਫਿਰ ਬਾਅਦ ਚ ਸਫਾਈ ਵੀ ਦਿੱਤੀ ਸੀਗੀ ਸ਼ਾਇਦ ਇਸ ਪਾਰਟੀ ਦੀ ਮਹਿਫਲ ਦੀ। ਜੀ 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 ਬਿਲਕੁਲ ਬਿਲਕੁਲ।